ਵਾਹਿਗੁਰੂ ਜੀ ਕਾ ਖਾਲਸਾ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ। ਹੈਲੋ ਹੈਲੋ ਰਾਜੇ, ਇੱਕ ਮਿੰਟ ਤੁਸੀਂ ਗੱਲ ਸੁਣੀ, ਆਈਏ ਇੱਧਰ। ਧੰਨ ਗੁਰੂ ਰਾਮਦਾਸ, ਅਤੇ ਇੱਥੇ ਕੀ ਕਰਨੇ ਆ ਪੈਲਸ ਦੇ ਸਾਹਮਣੇ? ਇੱਥੇ ਵੈਗਰੀ ਜੀ, ਮੈਂ ਅੰਮ੍ਰਿਤਸਰ ਆਇਆ ਕੰਮ ਦੇ ਕਰਕੇ ਜੀ। ਹਾਂ, ਦਿਹਾੜੀ ਨਹੀਂ ਮਿਲੀ ਵੈਗਰੀ ਜੀ, ਕਾਲ ਕਰਕੇ ਇੱਥੇ ਬਹਿ ਗਿਆ। ਧੰਨ ਗੁਰੂ ਰਾਮਦਾਸ, ਤੁਹਾਨੂੰ ਬੈਠਿਆ ਪੈਲਸ ਕੀ ਕਰਨੇ ਆ ਤੁਸੀਂ, ਕੰਮ ਕਰਦਾ ਵਾ? ਦਿਹਾੜੀ ਵੇਖਣ ਆਇਆ ਪੈਸੇ ਦੇ ਬਾਹਰ, ਨਹੀਂ ਮਿਲੀ ਦਿਹਾੜੀ ਤੇ। ਕੀ ਕੰਮ ਕੀ ਕਰਦਾ? ਮਜ਼ਦੂਰੀ ਕਰਦਾ। ਮਜ਼ਦੂਰੀ ਕਰਦਾ ਤੇ ਉਹ ਨਹੀਂ ਮਿਲਦੀ ਹੈਗੀ? ਹਾਂਜੀ ਹਾਂਜੀ। ਕਿੰਨੇ ਦਿਨ ਹੋ ਗਏ? ਤਿੰਨ ਚਾਰ ਦਿਨ ਹੋ ਗਏ, ਕੰਮ ਨਹੀਂ ਮਿਲਦਾ। ਰੋਂਦੇ ਹੇਠ ਲੈ ਸਿਰ ਇੱਕ ਸੁੱਟ ਕੇ ਬੈਠਾ ਵਾ, ਮੈਂ ਤੈਨੂੰ ਵੇਖ ਕੇ ਬ੍ਰੇਕ ਮਾਰੀ, ਮੈਂ ਕਿਹਾ ਯਾਰ ਭਰਾ ਨੂੰ ਕੀ ਗੱਲ ਹੋ ਗਈ ਆ? ਹਾਂ ਕੀ ਫੜੇ ਹੱਥ 'ਚ ਇਹ 'ਚ ਕੀ ਆ? ਪਿੰਡ ਕੰਮ ਨੀ ਹੈਗਾ, ਕਿਹੜਾ ਕੰਮ ਕਰ ਸਕਦਾ ਤੇਰੇ? ਮੈਂ ਤੇਰੀ ਕੋਈ ਹੈਲਪ ਕਰਾਂ, ਦੱਸ ਰੇੜੀ ਕਿ ਲੈ ਜੀ ਤੈਨੂੰ ਰੇੜੀ ਚਲਾਏਗਾ? ਇਹ ਤੇਰੇ ਕੋਲ ਕਮਾਈ ਨੀ ਹੁੰਦੀ ਜਾਂ ਤੂੰ ਕਰਦਾ ਨੀ ਜਾਂ ਕੀ ਚੱਕਰ ਕੀ ਜਾਏ? ਕੰਮ ਤਾਂ ਮੇਰਾ ਮਨ ਕਰਦਾ, ਮੈਂ ਕੰਮ ਕਰਾਂ, ਪਰ ਮੇਰੇ ਕੋਲ ਸਾਧਨ ਨਹੀਂ ਹੈਗਾ। ਜਿਸ ਤਰ੍ਹਾਂ ਮੰਨ ਲਓ ਉੱਧਰ ਪਿੰਡਾਂ 'ਚ ਕੰਮ ਕਾਰ ਹੈ ਨਹੀਂ, ਸਾਡੇ ਕੰਮ ਕਾਰ ਨਹੀਂ ਹੈਗਾ। ਠੀਕ ਆ, ਤੂੰ ਨਾ ਜੇ ਕੰਮ ਕਰ ਫਿਲਹਾਲ, ਮੈਂ ਤਾਂ ਚੱਲਿਆ ਤਰਨ ਤਾਰਨ ਨੂੰ, ਠੀਕ ਹੈ? ਅੱਛਾ ਜੀ, ਤੂੰ ਮੈਨੂੰ ਆਪਣਾ ਇੱਕ ਨੰਬਰ ਦੇ ਦੇ ਜਾਂ ਕੋਈ। ਨਹੀਂ ਵੈਗਰ ਜੀ, ਇੱਕ ਦਿਹਾੜੀ ਲੱਗ ਗਈ ਕਿਸੇ ਵੇਲੇ, ਫਿਰ ਦੋ ਤਿੰਨ ਦਿਹਾੜੀਆਂ ਤਰ੍ਹਾਂ ਟੁੱਟ ਜਾਂਦੀਆਂ। ਕਿੰਨੀ ਉਮਰ, ਕਿੰਨੀ ਦੇਰੀ? ਵੈਗਰ ਜੀ 28 ਸਾਲ ਹੋ ਗਈ। 28 ਸਾਲ ਸੀ, 28 ਸਾਲ ਉਮਰ ਆ। ਵਾਹਿਗੁਰੂ, ਤੇ ਕੰਮ ਹੀ ਨਹੀਂ ਹੈਗਾ? ਹਾਂਜੀ। ਮਿਹਨਤ ਨੂੰ ਤਾਂ ਬੜਾ ਜੀ ਕਰਦਾ ਮੇਰਾ, ਮੈਂ ਕਰਾਂ, ਪਰ ਇਸ ਤਰ੍ਹਾਂ ਹੀ ਕੰਮ ਕਰ ਹੈ ਨਹੀਂ ਵੈਰੀ। ਸਾਰੇ ਭਈਆਂ ਨੇ ਕੰਮ ਕਰ ਇੱਧਰ ਮੰਨ ਲਏ ਆਪਣੇ ਪੰਜਾਬੀਆਂ ਨੇ। ਗੱਲ ਮੇਰੀ ਯਾਦ ਰੱਖੀ ਕਿ ਮੈਂ ਅਗਰ ਤੇਰੀ ਇੱਕ ਵਾਰੀ ਹੈਲਪ ਕੀਤੀ, ਮੈਂ ਦੂਜੀ ਵਾਰ ਤੇਰੀ ਹੈਲਪ ਨਹੀਂ ਕਰਨੀ, ਪਰ ਇਹ ਤੁਹਾਨੂੰ ਕੰਮ ਕਰਕੇ ਮੈਨੂੰ ਵੀਡੀਓ ਭੇਜਣੀ ਪੈਣੀ, ਫੋਟੋ ਪਾਉਣੀ ਪੈਣੀ ਆ। ਰੋਟੀ ਤਾਂ ਸਾਰਿਆਂ ਨੇ ਖਾਣੀ ਹੁੰਦੀ ਆ, ਕੋਈ ਨਹੀਂ, ਰੋਟੀ ਤਾਂ ਸਾਰਿਆਂ ਨੇ ਖਾਣੀ ਹੁੰਦੀ ਆ, ਕਿਉਂਕਿ ਜੇ ਤੂੰ ਕਮਾਏਗਾ ਹੀ ਨਹੀਂ, ਕਮਾਏਗਾ ਨਹੀਂ ਤੇ ਕਿੱਥੋਂ ਖਾਣਗੇ ਵਿਚਾਰੇ ਤੇਰੇ ਬੱਚੇ? ਤੂੰ ਮੈਨੂੰ ਦੱਸ, ਉਹ ਵੀ ਆਪਣੀ ਗੱਲ ਸੱਚੀ ਹੈ ਨਾ, ਜੇ ਘਰ 'ਚ ਰੋਟੀ ਨਾ ਹੋਊਗੀ ਤਾਂ ਕਿੱਥੋਂ ਖਾਣਗੇ? ਇਹ ਸਾਡੇ ਪੰਜਾਬੀਆਂ ਦੇ ਹਾਲਾਤ ਆ ਕਿ ਇਹਨਾਂ ਦੇ ਘਰ ਦਾ ਚੂਲਾ ਨਹੀਂ ਚੱਲਦਾ, ਇਹਨਾਂ ਦੇ ਘਰ ਟੁੱਟਦੇ ਪਏ ਆ, ਅਤੇ ਸਾਡੇ ਜਿਹੜੇ ਪੰਜਾਬੀ ਆ ਇਹਨਾਂ ਦੀ ਮਦਦ ਨਹੀਂ ਕਰਦੇ, ਇਹਨਾਂ ਨੂੰ ਕੰਮ ਨਹੀਂ ਦਿੰਦੇ, ਬਾਹਰੋਂ ਆਇਆਂ ਨੂੰ ਕੰਮ ਦਿੰਦੇ ਆ। ਇਹ ਮੈਂ ਦਿਖਾਉਣਾ ਚਾਹੁੰਦਾ ਵਾਂ, ਆਹ ਦੇਖ ਲਓ ਅੱਜ ਲਾਈਵ ਆ ਪੰਜਾਬੀਓ, ਆਹ ਤੁਹਾਡੇ ਹੀ ਭਰਾ ਵਾ, ਤੁਹਾਡੇ ਹੀ ਪਿੰਡਾਂ ਦੇ ਲੋਕ ਆ, ਆਹ ਤੁਹਾਡੇ ਹੀ ਆ, ਤੁਹਾਡੇ ਪਿੰਡਾਂ ਦੇ ਸਾਰੇ ਹੈਗੇ ਆ। ਦਿਹਾੜੀਆਂ ਨਹੀਂ ਮਿਲਦੀਆਂ ਵੀਰੇ, ਤੂੰ ਕਰ, ਤੂੰ ਰੋ ਨਾ, ਕੋਈ ਨਹੀਂ, ਤੂੰ ਸਵੇਰੇ ਆ ਜਾਈ, ਠੀਕ ਹੈ? ਆਪਾਂ ਸਵੇਰੇ ਕੁਛ ਕਰਦੇ ਹਾਂ। ਸੋ ਪੰਜਾਬੀ ਉਹ ਆਹ ਤੁਹਾਡੇ ਪਿੰਡਾਂ ਦੇ ਲੋਕ ਆ, ਆਹ ਵੀਰ ਵੀ ਸਾਡੇ ਪਿੰਡ ਦਾ, ਅਤੇ ਪਰ ਇਹਨੂੰ ਕੰਮ ਨਹੀਂ ਮਿਲਿਆ, ਨਾ ਕੰਮ ਮਿਲਣ ਕਰਕੇ ਬੱਚਿਆਂ ਵਾਲੀ ਭੈਣ ਸੀ ਉਹ ਹੁਣ ਆਪਣੇ ਘਰ ਚਲੀ ਗਈ ਪੇਕੇ, ਕੀ ਉਹ ਕਰਦੀ? ਅਤੇ ਆਹ ਦੇ ਹਾਲਾਤ ਆ ਵੀਰ ਦੇ, ਕੰਮ ਨਹੀਂ ਹੈਗਾ। ਸੋ ਅਸੀਂ ਕੱਲ੍ਹ ਕੰਮ ਦਵਾਵਾਂਗੇ ਤਾਂ ਕਿ ਉਹਦਾ ਘਰ ਜਿਹੜਾ ਵੱਸਦਾ ਹੋਵੇ। ਆਓ ਜੀ, ਹਾਂ ਵੀ ਪਿਆਰਿਓ, ਸੋਰੀ ਯਾਰ ਮੈਂ ਲੇਟ ਹੋ ਗਿਆ, ਅੱਜ ਲੇਟ ਹੋ ਗਿਆ। ਹੋਰ ਪਿਆਰਿਓ, ਠੀਕ ਹੈ ਜੀ? ਚੜ੍ਹਦੀ ਕਲਾ ਕਰਦੇ ਪਏ ਆ। ਹਾਂਜੀ ਹਾਂਜੀ, ਕਿੱਧਰ ਆਈਓ? ਠੀਕ ਹੈ, ਵੇਖੀ ਆ ਰੇਡੀ ਹੈ, ਖੁਸ਼ ਖੁਸ਼ ਹੋ ਗਿਆ ਹੈ, ਖੁਸ਼ ਕਿ ਚਲਾ ਕੇ ਦੇਖ ਨੂੰ ਲਿਆ, ਘੁਮਾ ਕੇ ਲਿਆ ਮੇਰਾ ਭਰਾ। ਧੰਨ ਗੁਰੂ ਰਾਮਦਾਸ ਜੀ, ਸੋ ਵੀਰ ਖੁਸ਼ ਆ।
ਮੈਂ ਥੋੜ੍ਹਾ ਇਸ ਵਾਰੀ ਫਿਰ ਲੇਟ ਹੋ ਗਿਆ ਅਤੇ ਵੀਰ ਪਹਿਲੇ ਆ ਕੇ ਬੈਠਾ ਹੋਇਆ ਸੀ ਅਤੇ ਖੁਸ਼ ਆ ਵੀਰ ਬਹੁਤ ਸੋਹਣਾ ਚਲਾ ਰਿਹਾ ਚਲੋ ਲੈ ਤੇ ਲਿਆ ਵਧੀਆ ਚਲਾ ਲੈਣਾ ਠੀਕ ਹੈ ਤੈਨੂੰ ਹੈਨਾ ਹੁਣ ਤੇਰਾ ਵਧੀਆ ਹੋ ਜੂਗਾ ਨਾ ਕੰਮ ਕਾਰ ਚੱਲ ਪੂਗਾ ਹੁਣ ਦਿਹਾੜੀ ਲਾਉਣ ਦੀ ਲੋੜ ਤਾਂ ਨਾ ਪਊਗੀ ਪਿੰਡ 'ਚ ਵਧੀਆ ਹੋ ਜੂਗਾ ਹੁਣ ਤਾਂ ਨਹੀਂ ਰੋਏਗਾ ਹੈ ਰੋਣਾ ਨਹੀਂ ਹੋਣਾ ਠੀਕ ਆ ਜ਼ਿੰਦਗੀ 'ਚ ਉਤਾਰ ਚੜ੍ਹਾਅ ਆਉਂਦੇ ਰਹਿੰਦੇ ਆ ਬਾਕੀ ਰਹਿ ਗਿਆ ਪਰਿਵਾਰ ਪਰਿਵਾਰ ਨੇ ਆਪੇ ਵਾਪਸ ਆ ਜਾਣਾ ਜਦੋਂ ਤੂੰ ਕਮਾਉਣ ਲੱਗ ਪਿਆ ਠੀਕ ਹੈ ਨਾ ਰੇਹੜੀ ਤੈਨੂੰ ਵਧੀਆ ਹੋ ਗਈ ਆ ਤੇਰੇ ਪਿੰਡ 'ਚ ਤੇਰਾ ਕੰਮ ਕਾਰ ਚੱਲ ਪੈਣਾ ਸਬਜ਼ੀ ਪਾਈ ਕਿਸੇ ਦਾ ਢੋਆ ਢੁਆਈ ਦਾ ਕੰਮ ਕਰ ਲਿਆ ਠੀਕ ਹੈ ਨਾ ਕਣਕ ਕਣਕ ਛੱਡ ਆਏ ਕਿਸੇ ਦੀ ਜਾਂ ਕਿਸੇ ਦੀ ਰੇਤ ਬਜਰੀ ਛੱਡ ਆਏ ਇਹਦੇ ਨਾਲ ਤੇਰਾ ਥੋੜ੍ਹਾ ਬਹੁਤ ਚੱਲਦਾ ਰਹੂਗਾ ਨਹੀਂ ਤਾਂ ਦਿਹਾੜੀ ਤੈਨੂੰ ਮਿਲਦੀ ਕਦੀ ਨਹੀਂ ਮਿਲਦੀ ਸੀ ਹੈ ਨਾ ਪਿੰਡ 'ਚ ਵੀ ਕੰਮ ਆਜੂਗਾ ਹਾਂ ਸ਼ੁਕਰ ਹੈ ਗੁਰੂ ਰਾਮਦਾਸ ਪਾਤਸ਼ਾਹ ਦਾ ਕਿ ਚਲਾ ਜਾ ਆਪਾਂ ਪੈਸੇ ਦੇ ਦਈਏ ਹੈ ਆ ਜਾ ਚੀਜ਼ ਆ ਰੇਹੜੀ ਕਿਸੇ ਨੂੰ ਵੇਚਣੀ ਨਹੀਂ ਹੈਗੀ ਠੀਕ ਹੈ ਇਹ ਰੇਹੜੀ ਗੁਰੂ ਰਾਮਦਾਸ ਪਾਤਸ਼ਾਹ ਨੇ ਤੇਰੀ ਰੁਜ਼ਗਾਰ ਵਾਸਤੇ ਤੈਨੂੰ ਦਵਾਈ ਆ ਠੀਕ ਹੈ ਅਸੀਂ ਨਹੀਂ ਤੈਨੂੰ ਦਿੱਤੀ ਕਿ ਕੰਮ ਕਾਰ ਨਹੀਂ ਹੈਗਾ ਇਹ ਸਾਡੇ ਪੰਜਾਬੀਆਂ ਦਾ ਹਾਲ ਆ ਬਾਹਰੋਂ ਆ ਕੇ ਲੋਕ ਕੰਮ ਕਰ ਰਹੇ ਆ ਆਪਣੇ ਪੰਜਾਬੀਆਂ ਨੂੰ ਕੋਈ ਕੰਮ ਨਹੀਂ ਦਿੰਦਾ ਹੈਗਾ ਜਾਂਦਾ ਸੀ ਅੱਡੇ ਤੇ ਖੜਦਾ ਸੀ ਕਹਿੰਦਾ ਅੱਡੇ ਤੇ ਖੜਦਾ ਸੀ ਪਰ ਮੈਨੂੰ ਵੀ ਲੈ ਕੇ ਹੀ ਨਹੀਂ ਜਾਂਦਾ ਬਾਹਰੋਂ ਆ ਜਿਹੜੇ ਆਏ ਆ ਉਹਨਾਂ ਨੂੰ ਲੈ ਜਾਂਦੇ ਆ ਸਾਡੇ ਵਰਗੇ ਨੂੰ ਕਹਿੰਦਾ ਵੀ ਖੜਦਾ ਨਹੀਂ ਇਹ ਸਾਡੇ ਹਾਲਾਤ ਆ ਪਰਿਵਾਰ ਵੀ ਛੱਡ ਕੇ ਚਲਾ ਗਿਆ ਰੋਣਾ ਨੀ ਬਹੁ ਰੋਣਾ ਨੀ ਆ ਪਰਿਵਾਰ ਤੇਰਾ ਵਾਪਸ ਆ ਜਾਣਾ ਜਦੋਂ ਤੂੰ ਕਮਾਈ ਕਰਨ ਲੱਗ ਪਿਆ ਪਰਿਵਾਰ ਤੇਰੇ ਨੇ ਆਪੇ ਆ ਜਾਣਾ ਨਹੀਂ ਟੈਨਸ਼ਨ ਤੇਰੀ ਆਪੇ ਜਦੋਂ ਤੂੰ ਕਮਾਈ ਕਰਨ ਲੱਗ ਪਿਆ ਤੇਰੇ ਪਰਿਵਾਰ ਨੇ ਆ ਜਾਣਾ ਠੀਕ ਹੈ ਅੱਜ ਤੁਹਾਨੂੰ ਮਹਾਰਾਜ ਨੇ ਰੇਹੜੀ ਦੇ ਦਿੱਤੀ ਆ ਆਪਾਂ ਤੁਹਾਨੂੰ ਸਬਜ਼ੀ ਪਾਉਣ ਵਾਸਤੇ ਮਾਇਆ ਦੇ ਦੇਣੇ ਰੋਣਾ ਨੀ ਰੋਣਾ ਕੱਲ ਤੈਨੂੰ ਪਰਿਵਾਰ ਆਪੇ ਆ ਜਾਣਾ ਉਹਨਾਂ ਨੂੰ ਪਤਾ ਲੱਗ ਜਾਣਾ ਮਹਾਰਾਜ ਨੇ ਮਿਹਰ ਕਰ ਦੇਣੀ ਆ ਠੀਕ ਹੈ ਨਾ ਦੇਖੋ ਆਹ ਸਾਡੇ ਪੰਜਾਬੀਆਂ ਦੇ ਹਾਲ ਆ ਕਿ ਪੰਜਾਬੀਆਂ ਕੋਲ ਕੰਮ ਨਹੀਂ ਹੈਗਾ ਤੇ ਨਾ ਹੀ ਕੋਈ ਇਹਨਾਂ ਨੂੰ ਕੰਮ ਦੇ ਕੇ ਕੋਈ ਖੁਸ਼ ਹੈਗਾ ਇਹ ਸਾਡੇ ਪੰਜਾਬੀ ਦਾ ਹਾਲ ਆ ਘਰ ਹੀ ਆ ਰੋਟੀ ਨਹੀਂ ਹੈਗੀ ਕੀ ਕਰੇਗੀ ਉਹ ਆਲੂ ਲੱਲਾ ਹਾਂਜੀ ਧਾਪ ਤੋਂ ਡੰਡੇ ਲੱਲਾ ਠੀਕ ਹੈ ਆਲੂ 6 ਰੁਪਏ ਕਿਲੋ ਹੋ ਗਏ 300 ਦੀ ਬੋਰੀ 70 ਰੁਪਏ ਵਿੱਚ ਰੁਪਈਆ 2 ਰੁਪਏ ਕਿਲੋ ਮਾਗੇ ਵੇਚ ਦੇ ਆ ਬਸ ਰਾਤੀ ਛਾਪਾ ਉਡਾ ਦੇਣਾ ਹਰ ਪਾ ਮੈਂ ਬਾਬੇ ਨਾਲ ਦੇ ਸੋਚ ਤੇ ਚੱਲੂੰਗਾ ਤੇਰਾ ਹਾਂ ਜਿਤਨਾ ਵੀ ਆ ਤੂੰ ਕਰਨਾ ਆ ਫੜ ਪੈਸੇ ਇਹ ਤੇਰੀ ਮਾਇਆ ਇਹਨਾਂ ਨੂੰ ਦੇ ਦੇ ਜੋ ਬਾਬਾ ਦੀਪ ਸਿੰਘ ਦੀ ਫੋਟੋ ਦਿਓ ਲਓ ਜੀ ਇਹਨਾਂ ਫੜ ਆ ਬਾਬਾ ਜੀ ਦੀ ਫੋਟੋ ਮੇਲ ਕਰੇਗਾ ਜੀ ਹਾਂ ਲਓ ਜੀ ਬਾਬਾ ਜੀ ਨੇ ਫੋਟੋ ਦੇ ਦਿੱਤੀ ਆ ਤੇ ਬਾਬਾ ਦੀਪ ਸਿੰਘ ਤੈਨੂੰ ਜ਼ਿਆਦਾ ਦਿਨ ਦਾ ਜੇ ਤੇ ਆਹ ਫੜ ਪੈਸੇ ਇਹ ਭਾਜੀ ਹੁਣਾਂ ਨੂੰ ਦੇ ਦੇ ਠੀਕ ਹੈ ਇਹ ਤੇਰੀ ਰੇਹੜੀ ਦੇ ਪੈਸੇ ਆ ਮੈਂ ਤੈਨੂੰ ਫਿਰ ਦੱਸਵਾਂ ਰਾਜੇ ਤੈਨੂੰ ਇਹ ਰੇਹੜੀ ਦੇਣ ਵਾਲਾ ਕੌਣ ਆ ਗੁਰੂ ਰਾਮਦਾਸ ਪਾਤਸ਼ਾਹ ਬਾਬਾ ਦੀਪ ਸਿੰਘ ਜੀ ਸਾਡੇ ਗੁਰੂ ਪ੍ਰਵਾਦ ਰੱਪ ਹੋਏ ਨਾ ਜਦੋਂ ਤੱਕ ਅਸੀਂ ਬੈਠੇ ਨਾ ਉਦੋਂ ਤੱਕ ਤੇ ਅਸੀਂ ਕੋਸ਼ਿਸ਼ ਕਰਦੇ ਕਰਾਵਾਂਗੇ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਆ ਇਹ ਜਿਹੜੀ ਮਾਇਆ ਨਾ ਇਹ ਮਾਇਆ ਤੂੰ ਰੋਜ਼ਗਾਰ ਕਰਨਾ ਤੂੰ ਹੁਣ ਤੂੰ ਜਾਂਦੇ ਜਾਂਦੇ ਆਲੂ ਪਿਆਜ਼ ਲੈ ਕੇ ਜਾਣੇ ਆ ਕਿਉਂ ਭਾਜੀ ਠੀਕ ਹੈ ਨਾ ਜੋ ਮਰਜ਼ੀ ਲੈ ਆਲੂ ਪਿਆਜ਼ ਲੈ ਜਾ ਅੱਜ ਕੱਲ ਸੰਤਰਾ ਵੀ ਸਸਤਾ ਕੀ ਨੂੰ ਸਸਤੇ ਆ ਭਾਵੇਂ ਉਹ ਤੂੰ ਪਾ ਲਾ ਠੀਕ ਹੈ ਤੇ ਆਪਣਾ ਰੁਜ਼ਗਾਰ ਕਰ ਮੇਰਾ ਭਰਾ ਠੀਕ ਹੈ ਰੋਣਾ ਨਹੀਂ ਠੀਕ ਹੈ ਇਹ ਸਾਡੇ ਪੰਜਾਬੀਆਂ ਦੇ ਹਾਲਾਤ ਆ ਸੰਗਤ ਜੀ ਕਿ ਵੇਖੋ ਕੰਮ ਕਾਰ ਹੈ ਨਹੀਂ ਤੇ ਵੀਰ ਕੋਲ ਰਿਸ਼ਤੇਦਾਰ ਵੀ ਨਾ ਛੱਡ ਗਏ ਛੱਡ ਜਾਂਦੇ ਆ ਛੱਡ ਜਾਂਦੇ ਹੁੰਦੇ ਰਾਤ ਨੂੰ ਸਿਰਫ 20 ਰੁਪਏ ਨਾਲ ਜੋੜਨੇ ਰਿਸ਼ਤੇਦਾਰੀ ਹਾਂ 20 ਰੁਪਏ ਨਾਲ ਜੋੜਨੇ ਠੀਕ ਹੈ ਕੱਲ ਨੂੰ ਨੁਕਸ ਪਹਿਲੇ ਗੱਡੀ ਠੀਕ ਕਰਾ ਲੈਣੀ ਆ ਕੋਈ ਗੱਲ ਨਹੀਂ ਤੂੰ ਮੇਰਾ ਭਰਾ ਰੋਣਾ ਨਹੀਂ ਆਪਾਂ ਹੁਣ ਇੱਕ ਚੀਜ਼ ਗਣੀ ਆ ਪਤਾ ਕੀ ਆਪਾਂ ਕਹਿਣਾ ਸਵਾਸ ਸਵਾਸ ਗੁਰੂ ਰਾਮਦਾਸ ਬੋਲ ਮੇਰਾ ਭਰਾ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ
ਸਵਾਸ ਸਵਾਸ ਗੁਰੂ ਰਾਮਦਾਸ, ਸਵਾਸ ਸਵਾਸ ਗੁਰੂ ਰਾਮਦਾਸ। ਠੀਕ ਹੈ, ਜਦੋਂ ਵੀ ਤੇਰਾ ਮਨ ਭਰ ਜਾਵੇ, ਠੀਕ ਹੈ, ਜਦੋਂ ਵੀ ਮਨ ਵਿੱਚੋਂ ਕੋਈ ਇਸ ਤਰ੍ਹਾਂ ਦੀ ਮਨ ਦੇ ਵਿੱਚ ਕੋਈ ਸ਼ੰਕਾ ਆਵੇ ਕਿ ਭਾਈ ਦਿਹਾੜੀ ਨਹੀਂ ਲੱਗਣੀ, ਸਮਾਨ ਨਹੀਂ ਵਿਕਦਾ, 10 ਮਿੰਟ ਬਹਿ ਕੇ ਮਹਾਰਾਜ ਨੂੰ ਯਾਦ ਕਰਨਾ, ਫਿਰ ਕੀ ਕਹਿਣਾ, ਸਵਾਸ ਸਵਾਸ ਗੁਰੂ ਰਾਮਦਾਸ, ਸਵਾਸ ਸਵਾਸ ਗੁਰੂ ਰਾਮਦਾਸ। ਦੇਖੀ ਕਲਾ ਵਰਤੂਗੀ, ਠੀਕ ਹੈ ਮੇਰਾ ਭਰਾ, ਇਹ ਬਾਬਾ ਜੀ ਸ਼ਹੀਦ ਸਿੰਘ ਆ, ਇਹ ਸਦਾ ਤੇਰੇ ਅੰਗ ਸੰਗ ਆ, ਜੇ ਤੂੰ ਇਹਨਾਂ ਨੂੰ ਯਾਦ ਕਰੇਗਾ, ਠੀਕ ਹੈ, ਆਪਾਂ ਤੈਨੂੰ ਨਾਲ ਹੀ ਦਿੱਤੇ ਬਾਬਾ ਜੀ ਕਿ ਤੇਰੇ ਨਾਲ ਹੀ ਰਹਿਣ, ਠੀਕ ਹੈ, ਤੇਰੇ ਨਾਲ ਰਹਿ, ਤੂੰ ਇਕੱਲਾ ਨਾ ਫੀਲ ਫੀਲ ਕਰੇ, ਠੀਕ ਹੈ ਮੇਰਾ ਭਰਾ। ਚੱਲ ਬਾਬਾ ਜੀ ਤੇਰੇ ਘਰ ਆ ਗਏ ਨਾ, ਤੇਰੀ ਬੋਟੀ ਵੀ ਆ ਜਾਏਗੀ, ਬਾਬਾ ਜੀ ਲਿਆ ਕੇ ਆਣਗੇ ਤੇਰੀ ਬੋਟੀ ਵੀ, ਠੀਕ ਹੈ, ਜੇ ਬਾਬਾ ਜੀ ਤੇਰੇ ਘਰੇ ਆ ਗਏ ਤੇ ਤੇਰੀ ਨਾਲ ਦੀ ਵੀ ਤੇਰੇ ਘਰੇ ਆ ਜਾਊਗੀ ਵਾਪਸ ਆਉਣਾ, ਠੀਕ ਹੈ, ਹੱਸ ਕੇ ਵਿਖਾਉਣ, ਠੀਕ ਹੈ, ਨਹੀਂ ਰੋਣਾ ਨੀ, ਹੱਸ ਕੇ, ਚੱਲ ਠੀਕ ਹੈ ਰਾਜੇ, ਓਕੇ। ਉੱਥੇ ਪਿੰਡੇ ਭਾਵੇਂ ਲੈ ਲਈ ਆਲੂ ਉਲੂ ਲੈਣੇ ਹੋਣਗੇ ਤੇ ਪਰਿਵਾਰ ਚਲਾ ਗਿਆ ਸੀ ਕਿਉਂਕਿ ਕੰਮ ਕਾਰ ਨਹੀਂ ਸੀ ਹੈਗਾ ਤੇ ਰੋਟੀ ਵੀ ਬੜੀ ਔਖੀ ਹੋ ਗਈ ਸੀ, ਤੇ ਵੀਰ ਕਹਿੰਦਾ ਕਿ ਭਾਜੀ ਦਿਹਾੜੀ ਨਹੀਂ ਮਿਲਦੀ ਸੀ, ਬਾਹਰੋਂ ਆਏ ਲੋਕਾਂ ਨੂੰ ਦਿਹਾੜੀ ਤੇ ਲੈ ਜਾਂਦੇ ਪੰਜਾਬੀ, ਤੇ ਸੋ ਵੀਰ ਨੂੰ ਰਿਹੜੀ ਲੈਤੀ ਆ ਤੇ ਆਲੂ ਪਿਆਜ਼ ਵਾਸਤੇ ਮਾਇਆ ਵੀ ਨਾਲ ਦੇਤੀ ਆ, ਅਤੇ ਵੀਰ ਹੁਣ ਆਪਣਾ ਕੰਮ ਕਰੂੰਗਾ ਅਤੇ ਮਹਾਰਾਜ ਕਿਰਪਾ ਕਰਨ ਦਾ ਪਰਿਵਾਰ ਵੀ ਵਾਪਸ ਆਵੇ। ਇਹ ਸਾਡੇ ਪੰਜਾਬੀਆਂ ਦਾ ਹਾਲ ਆ ਕਿ ਅਸੀਂ ਆਪਣੇ ਪੰਜਾਬੀਆਂ ਨੂੰ ਕੰਮ ਨਹੀਂ ਦਿੰਦੇ ਹੈਗੇ, ਬਾਹਰੋਂ ਆਇਆਂ ਨੂੰ ਕੰਮ ਦਿੰਦੇ ਆ, ਸੋ ਪੰਜਾਬੀ ਇਸ ਤਰ੍ਹਾਂ ਨਾ ਕਰੋ, ਆਪਣੇ ਪੰਜਾਬੀਆਂ ਨੂੰ ਕੰਮ ਦਿਓ, ਇਹਨਾਂ ਦੇ ਪਰਿਵਾਰ ਵੀ ਹੈਗੇ, ਇਹਨਾਂ ਦੇ ਬੱਚੇ ਵੀ ਹੈਗੇ ਆ।